ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਦੋਸਤੋ, ਕੀ ਹਾਲ ਤੁਹਾਡਾ? ਅੱਜ ਦੀ ਵੀਡੀਓ 'ਚ 3 ਤੋਂ 4 ਐਸੀਆਂ ਅਪਡੇਟ ਸ਼ੇਅਰ ਕਰਾਂਗਾ ਜਿਨ੍ਹਾਂ 'ਚੋਂ ਇੱਕ ਤਾਂ ਬਹੁਤ ਵਧੀਆ ਗੁੱਡ ਨਿਊਜ਼ ਹੈ ਅਤੇ 1 ਤੋਂ 2 ਐਸੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਤੁਹਾਨੂੰ ਅਪਡੇਟ ਰਹਿਣਾ ਬਹੁਤ ਜ਼ਰੂਰੀ ਹੈ। ਮਾੜੀਆਂ ਖਬਰਾਂ ਨਹੀਂ ਕਹਿ ਸਕਦਾ, ਪਰ ਅਪਡੇਟ ਰਹੋਗੇ ਤਾਂ ਸ਼ਾਇਦ ਉਹ ਤੁਹਾਡੇ ਲਈ ਕਿਤੇ ਚੰਗੀ 'ਚ ਤਬਦੀਲ ਹੋ ਜਾਏ ਤਾਂ ਸ਼ਾਇਦ ਇੱਕ ਵਧੀਆ ਗੱਲ ਹੈ। ਸੋ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ। ਸਭ ਤੋਂ ਪਹਿਲੀ ਅਪਡੇਟ ਦੀ ਗੱਲ ਕਰੀਏ ਤਾਂ ਜੀ, ਵਰਕ ਪਰਮਿਟ ਵਾਲਿਆਂ ਲਈ ਵਰਕ ਪਰਮਿਟ ਦੇ ਵਿੱਚ ਕਾਫੀ ਇੰਪਲੋਇਰਸ ਨੇ ਜਿਹੜੇ LMI ਦਾ ਇਸ਼ੂ ਕਰ ਦਿੰਦੇ ਨੇ, ਲੇਕਿਨ ਜਿਹੜਾ ਆਪਣਾ ਆਊਟ ਆਫ ਕੈਨੇਡਾ ਦੀ ਗੱਲ ਕਰ ਰਿਹਾ, ਮਤਲਬ ਜਿਹੜੇ ਕੈਨੇਡਾ ਤੋਂ ਬਾਹਰ ਰਹਿੰਦੇ ਨੇ ਉਹਨਾਂ ਨੂੰ LMI ਇਸ਼ੂ ਕਰਤਾ, ਵਰਕ ਪਰਮਿਟ ਇਸ਼ੂ ਕਰਤਾ, ਲੇਕਿਨ ਬੁਲਾਉਂਦੇ ਨਹੀਂ ਹੈ। ਬਹੁਤ ਕੇਸਿਸ 'ਚ ਐਸੀ ਫਰੋਡਬਾਜ਼ੀ ਵੀ ਦੇਖਣ ਨੂੰ ਮਿਲੀ ਹੈ। ਸੋ ਕੈਨੇਡਾ ਗੌਰਮੈਂਟ ਨੇ ਇਹ ਰੂਲ ਆਉਣ ਵਾਲੇ ਦਿਨਾਂ 'ਚ ਪਾਸ ਕਰਨਾ ਕਿ ਜਿਹੜੇ LMI ਆਊਟ ਆਫ ਕੰਟਰੀ 'ਚ ਇਸ਼ੂ ਹੋ ਰਹੇ ਨੇ, ਜਿਹਨਾਂ ਲੋਕਾਂ ਨੂੰ LMI ਇਸ਼ੂ ਕੀਤਾ ਜਾ ਰਿਹਾ, ਉਹਨਾਂ ਨੂੰ ਰਿਟਰਨ ਦੇ ਵਿੱਚ ਦਿੱਤਾ ਜਾਏਗਾ ਕਿ ਵਿਦਇਨ 6 ਮੰਥ ਤੁਸੀਂ ਉਸ ਬੰਦੇ ਨੂੰ ਕੈਨੇਡਾ ਬੁਲਾਉਣਾ ਹੈ। ਸੋ ਹੋ ਸਕਦਾ ਤੁਹਾਡੇ ਲਈ ਚੰਗੀ ਖਬਰ ਹੈ ਜਿਹੜੇ ਬੰਦੇ ਵਰਕ ਪਰਮਿਟ ਲਗਾ ਰਹੇ ਨੇ, ਪਲੱਸ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਜਿਹੜੀ ਆ ਫਰੋਡਬਾਜ਼ੀ ਵਰਕ ਪਰਮਿਟ ਨੂੰ ਲੈ ਕੇ ਆਉਂਦੀ, ਕਿਤੇ ਨਾ ਕਿਤੇ ਸ਼ਾਇਦ ਉਹ ਵੀ ਘੱਟ ਜਾਵੇ। ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਜੀ, ਜਿਹੜੇ ਬੱਚੇ ਜਾਂ ਜਿਹੜੇ ਲੋਕ ਕੈਨੇਡਾ ਐਜ਼ ਏ ਟੂਰਿਸਟ ਗਏ ਹੋਏ ਨੇ ਜਾਂ ਉੱਥੇ ਵਰਕ ਪਰਮਿਟ ਦੇ ਨੇ, ਵਰਕ ਪਰਮਿਟ ਨੇ ਐਕਸਟੈਂਡ ਕੀਤਾ ਜਾਂ ਕਿਸੇ ਵੀ ਤਰੀਕੇ ਕੈਨੇਡਾ ਪਹੁੰਚੇ ਨੇ ਅਤੇ ਰਾਈਟ ਨਾਲ ਉਹ ਇਲੀਗਲ ਬੈਠੇ ਨੇ, ਉਹਨਾਂ ਨੇ ਆਪਣੇ ਕੋਈ ਫੀਸ ਵਗੈਰਾ ਅਸੀਂ ਨਹੀਂ ਪੇ ਕੀਤੀ ਜਾਂ ਵਰਕ ਪਰਮਿਟ ਨੇ ਐਕਸਟੈਂਡ ਕਰਾਇਆ ਜਾਂ ਟੂਰਿਸਟ ਵੀਜ਼ਾ 'ਤੇ 6 ਮਹੀਨੇ ਤੋਂ ਵੱਧ ਰੁਕ ਰਹੇ ਨੇ, ਉਹਨਾਂ ਨੂੰ ਇੱਕ ਛੋਟੀ ਜਿਹੀ ਅਪਡੇਟ ਦੇ ਦਿੰਦਾ ਕਿ ਕੈਨੇਡਾ ਗੌਰਮੈਂਟ ਪਲੈਨ ਕਰ ਰਹੀ ਹੈ ਕਿ December 2024 ਤੱਕ ਜਿਹੜੇ ਲੋਕ ਇਲੀਗਲ ਬੈਠੇ ਨੇ ਉਹਨਾਂ ਅਪਰੋਕਸੀਮੇਟ 5 ਲੱਖ ਦੇ ਆਸ ਪਾਸ ਲੋਕਾਂ ਨੂੰ ਉਹ ਡਿਪੋਰਟ ਕਰੇਗੇ, ਚਾਹੇ ਉਹ ਇੰਡੀਆ ਦਾ, ਚਾਹੇ ਪਾਕਿਸਤਾਨ ਦਾ, ਚਾਹੇ ਕਿਸੇ ਵੀ ਕੰਟਰੀ ਦਾ। ਸੋ ਮੇਰੇ ਵੀਰ ਭਰਾ ਜਿਹੜੇ ਬੈਠੇ ਨੇ, ਅਗਰ ਇੱਕ ਪੋਸੀਬਲ ਵੇ ਹੈ, ਤੁਸੀਂ ਅਸਾਈਲਮ ਪਾ ਰਹੇ ਹੋ ਜਾਂ ਵਰਕ ਪਰਮਿਟ ਐਕਸਟੈਂਡ ਕਰਾਉਣਾ ਹੈ, ਸਟੱਡੀ ਹੈ, ਕੁਛ ਵੀ ਹੈ, ਮਤਲਬ ਅਗਰ ਤੁਸੀਂ ਆਪਣੇ ਆਪ ਨੂੰ ਲੀਗਲ ਵੇ ਨਾਲ ਕੈਨੇਡਾ 'ਚ ਰੱਖ ਸਕਦੇ ਹੋ ਤਾਂ ਅੱਛੀ ਗੱਲ, ਨਹੀਂ ਤਾਂ ਥੋੜ੍ਹਾ ਜਿਹਾ ਸੇਫ ਸਾਈਡ ਹੋ ਕੇ ਚੱਲਿਓ। ਤੁਸੀਂ ਜਿਸ ਦਿਨ ਵੀ ਹੱਥੇ ਚੜ ਗਏ, ਤੁਹਾਨੂੰ ਸਿੱਧਾ ਸਿੱਧਾ ਕੈਨੇਡਾ ਨੇ ਡਿਪੋਰਟ ਕਰਨਾ। 5 ਲੱਖ ਦੇ ਆਸ ਪਾਸ ਦਾ ਨੰਬਰ ਜਿਹੜਾ ਹੈ ਕੈਨੇਡਾ ਗੌਰਮੈਂਟ ਪਲੈਨ ਕਰ ਰਹੀ 2024 ਤੱਕ ਉਹਨਾਂ ਨੂੰ ਡਿਪੋਰਟ ਕਰੇਗੀ। ਨੈਕਸਟ ਅਪਡੇਟ ਜਿਹੜੀ ਹੈਗੀ ਉਹ ਹੈਗੀ ਸਟੂਡੈਂਟਸ ਨੂੰ ਲੈ ਕੇ। ਤੁਹਾਨੂੰ ਪਤਾ ਸਟੂਡੈਂਟਸ ਨੂੰ ਪਹਿਲਾਂ 40 ਘੰਟੇ ਕੰਮ ਕਰਨ ਦਿੱਤਾ ਜਾਂਦਾ ਸੀਗਾ, ਹੁਣ 20 ਘੰਟੇ ਦੇ ਆਸ ਪਾਸ ਜਿਹੜਾ ਉਹ ਕੰਮ ਕਰਨ ਦਿੱਤਾ ਜਾ ਰਿਹਾ। ਸੋ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਜੀ ਨੇ, ਉਹਨਾਂ ਨੇ ਇਹ ਚੀਜ਼ ਦੇਖੀ ਹੈ ਕਿ 20 ਆਵਰਸ ਜਿਹੜੇ ਆ ਉਹ ਬਹੁਤ ਥੋੜ੍ਹੇ ਨੇ ਲੋਕਾਂ ਸਟੂਡੈਂਟਸ ਵਾਸਤੇ। ਸੋ ਆਉਣ ਵਾਲੇ ਦਿਨਾਂ 'ਚ ਸ਼ਾਇਦ ਉਸ ਨੂੰ ਵਧਾ ਕੇ 25 ਤੋਂ 30 ਘੰਟੇ ਕਰ ਦਿੱਤਾ ਜਾਵੇ। ਸੋ ਜਿੱਦਾਂ ਕੋਈ ਅਪਡੇਟ ਆਉਂਦੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ। ਸੋ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ। ਇਹ ਇੱਕ ਅੱਛੀ ਖਬਰ ਸੀ ਕਿ ਚਲੋ ਸਟੂਡੈਂਟਸ ਲਈ ਉਹਨਾਂ ਨੇ ਸਮਝਿਆ ਕਿ ਯਾਰ 20 ਘੰਟੇ ਬਹੁਤ ਥੋੜ੍ਹੇ ਨੇ, ਸੋ ਇਸ ਨੂੰ ਵਧਾ ਕੇ 30 ਘੰਟੇ ਕਰ ਰਹੇ। 40 ਘੰਟੇ ਥੋੜ੍ਹੇ ਜ਼ਿਆਦਾ ਕਹਿ ਸਕਦੇ ਕਿ ਸਟੱਡੀ ਇਫੈਕਟ ਕਰਦੀ ਜਾਂ ਜੋ ਵੀ ਉਹਨਾਂ ਨੇ ਕ੍ਰਾਈਟੇਰੀਆ ਦੇਖਿਆ, ਪਰ 20 ਘੰਟੇ ਕੱਟਣੇ, ਜਿਸ ਦੇ ਬੇਸ 'ਤੇ ਇਹ ਖਬਰ ਹੈ ਕਿ 30 ਘੰਟੇ ਆਉਣ ਵਾਲੇ ਦਿਨਾਂ 'ਚ ਜਿਹੜੇ ਆ ਉਹ ਹੋ ਸਕਦੇ ਆ। ਲਾਸਟ ਅਪਡੇਟ ਦੀ ਗੱਲ ਕਰੀਏ ਤਾਂ ਜੀ, ਉਹ ਹੈ PR ਵਾਲਿਆਂ ਵਾਸਤੇ। PR ਜਿਹੜੀ ਫਾਈਲ, ਮੰਨ ਲਓ ਮੈਂ ਵਾਂ ਜਾਂ ਕੋਈ ਵੀ ਹੈ, ਇੱਕ ਐਗਜ਼ਾਮਪਲ ਦੇ ਤਰੀਕੇ ਨਾਲ ਸਮਝਾਉਣਾ, ਛੇਤੀ ਸਮਝ ਲੱਗ ਜਾਏਗਾ। ਜਿਨ੍ਹਾਂ ਨੇ ਫਾਈਲ ਜਨਵਰੀ, ਫਰਵਰੀ, ਮਾਰਚ ਦੇ ਨੇੜੇ ਪਲੈਨ ਕੀਤੀ ਸੀਗੀ, ਛੋਟੀ ਜਿਹੀ ਅਪਡੇਟ ਹੀ, ਜ਼ਿਆਦਾ ਨਹੀਂ ਹੈ ਕਿ ਉਹਨਾਂ ਦੀ ਜਿਹੜੀ ਫੀਸ ਹੈ $600 ਜਾਂ $700 ਲੱਗ ਰਹੀ ਜਾਂ ABC ਜੋ ਵੀ ਤੁਹਾਡਾ ਖਰਚਾ ਹੋ ਰਿਹਾ, ਉਸ ਵਿੱਚ 1 ਮਈ 2024 ਤੋਂ 10 ਤੋਂ 15% ਦਾ ਜਾਂ 12 ਤੋਂ 15% ਦਾ ਵਾਧਾ ਕਰ ਦਿੱਤਾ ਗਿਆ ਵਾ, ਇਨਕਰੀਜ਼ ਕਰ ਦਿੱਤੀ ਗਈ। ਸੋ ਜੋ ਮੇਰੇ ਵੀਰ ਫਾਈਲ ਲਗਾਉਣਾ ਚਾਹੁੰਦੇ ਸੀਗੇ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਦੇ ਵਿੱਚ, ਉਹਨਾਂ ਨੇ ਨਹੀਂ ਲਗਾਈ। ਸੋ ਅੱਜ ਦੀ ਡੇਟ 'ਚ ਅਗਰ ਤੁਸੀਂ ਫਾਈਲ ਲਗਾ ਰਹੇ ਹੋ, ਅਗਰ ਉਹਨਾਂ ਦਿਨਾਂ 'ਚ ਤੁਸੀਂ ਖਰਚਾ ਸੋਚਿਆ ਸੀ ਕਿ ਤੁਹਾਡਾ ਖਰਚਾ $500 ਜਾਂ $600, ਤਾਂ ਉਹਦੇ 'ਚ 10 ਤੋਂ 15% ਦਾ ਵਾਧਾ ਮੰਨ ਕੇ ਚੱਲੋ। ਸੋ ਜਿੰਨਾ ਖਰਚਾ ਉਸ 'ਚ 10 ਤੋਂ 15% ਤੁਹਾਡਾ ਵਾਧਾ ਹੋ ਚੁੱਕਾ ਹੈ, ਫੀਸਾਂ ਵਗੈਰਾ ਵੱਧ ਚੁੱਕੀਆਂ ਨੇ, ਠੀਕ ਹੈ ਜੀ। ਸੋ ਜੋ ਵੀ ਪਲੈਨ ਕਰ ਰਿਹਾ, ਥੋੜ੍ਹਾ ਜਿਹਾ ਤੁਹਾਡਾ ਐਕਸਪੈਂਸ ਵਧਣ ਵਾਲਾ। ਸੋ ਮੇਕ ਸ਼ੋਰ ਕਿ ਇਸ ਚੀਜ਼ 'ਚ ਅਪਡੇਟ ਹੋ ਜਾਓ। ਐਂ ਘਬਰਾਇਓ ਨਾ ਕਿ ਵੀ ਮੈਂ ਕੁਛ ਹੋਰ ਪਲੈਨ ਕੀਤਾ ਸੀ ਜਾਂ ਆਹ ਚੀਜ਼ ਸੀਗੀ ਕੈਲਕੂਲੇਸ਼ਨ ਦੇ ਅਕੋਰਡਿੰਗ ਆਹ ਬਣਦੀ ਸੀ। ਸਰ ਜੋ ਵੀ ਕੈਲਕੂਲੇਸ਼ਨ ਹੈ ਉਸ ਦੇ ਵਿੱਚ 10 ਤੋਂ 15% ਜਿਹੜੀ ਫੀਸ ਆ ਉਹ ਇਨਕਰੀਜ਼ ਕਰ ਦਿੱਤੀ ਗਈ ਹੈ, ਜਿਹੜੀ ਕਿ ਤੁਹਾਨੂੰ ਹੁਣ 1 ਮਈ ਤੋਂ ਬਾਅਦ ਜਿਹੜੀ ਉਹ ਪੇ ਕਰਨੀ ਪਏਗੀ। ਸੋ ਅੱਜ ਦੀ ਵੀਡੀਓ 'ਚ ਬਸ ਆਹੀ ਕੁਛ 3-4 ਅਪਡੇਟ ਸੀ ਜੋ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ। ਮਿਲਦੇ ਹਾਂ ਨੈਕਸਟ ਵੀਡੀਓ 'ਚ ਕੁਛ ਨਵੇਂ ਟੌਪਿਕਸ, ਕੁਛ ਨਵੀਆਂ ਅਪਡੇਟਸ ਦੇ ਨਾਲ। ਟਿਲ ਦੈਨ ਕੀਪ ਸਮਾਈਲਿੰਗ। ਸਤਿ ਸ਼੍ਰੀ ਅਕਾਲ।